ਬਹੁਤ ਸਾਰੇ ਸਿੱਖਿਆਰਥੀ ਸੱਜਣ ਇਹ ਭੁਲੇਖਾ ਖਾ ਰਹੇ ਨੇ ਕਿ ਲਿਪੀ ਦੇ ਛੋਟੇ ਰੂਪ ਕਿੱਥੇ ਕਿੱਥੇ ਵਰਤੇ ਜਾਣੇ ਨੇ ਅਤੇ ਕਿਉਂ ਵਰਤੇ ਜਾਣੇ ਨੇ, ਇਹ ਕੀ ਇੱਕੋ ਜਿਹੇ ਨੇ? ਇਹਦੇ ਬਾਰੇ ਗੱਲ ਇੱਥੇ ਸਪਸ਼ਟ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਵੱਡੀ ਏ ਬੀ ਸੀ ਉਸੇ ਤਰ੍ਹਾਂ ਛੋਟੀ ਏ ਬੀ ਸੀ ਹੈ, ਪਰ ਇਸ ਦੇ ਵਿੱਚ ਕੁਝ ਅੱਖਰਾਂ ਦੇ ਛੋਟੇ ਰੂਪ ਹੈ, ਕੁਝ ਦੇ ਨਹੀਂ ਹੈ। ਇਹ ਅੱਗੇ ਜਾ ਕੇ ਬੜੇ ਵਿਸਥਾਰ ਨਾਲ ਚੱਲਾਂਗੇ ਕਿ ਕਿਹੜਾ ਰੂਪ ਕਿੱਥੇ ਵਰਤਿਆ ਜਾਣਾ। ਇੱਕ ਵਾਰ ਤਾਂ ਤੁਸੀਂ ਇਹਨਾਂ ਰੂਪਾਂ ਨੂੰ ਨਿਗਾਹ ਮਾਰੋ, ਆਪਣੇ ਜ਼ਿਹਨ ਵਿੱਚ ਬਿਠਾਓ ਕਿ ਜਿਸ ਤਰ੍ਹਾਂ ਬੇ ਦੇ ਤਿੰਨ ਰੂਪ ਆ, ਪੇ ਦੇ ਕਿੰਨੇ ਰੂਪ ਆ, ਤੇ ਦੇ ਕਿੰਨੇ ਰੂਪ ਆ, ਟੇ ਦੇ ਕਿੰਨੇ ਰੂਪ ਆ। ਜਦੋਂ ਇਹਨਾਂ ਨੂੰ ਦੇਖ ਲਾਂਗੇ, ਗੱਲ ਨੁਕਤਿਆਂ 'ਤੇ ਚੱਲਣੀ ਹੈ, ਨੁਕਤੇ ਜਾਂਦੀ ਦੋ ਜਿਹੜੀਆਂ ਬਿੰਦੀਆਂ ਉੱਪਰ ਜਾਂ ਥੱਲੇ ਆ, ਉਹ ਛੋਟੀ ਜਿਹੀ ਨਿਸ਼ਾਨੀ ਦੇ ਨਾਲ ਜਿਹੜੀਆਂ ਬਿੰਦੀਆਂ ਇਹ ਨੁਕਤੇ ਆ, ਇਹ ਅੱਖਰ ਨੂੰ ਦਰਸਾਉਂਦੇ ਆ ਕਿ ਕਿਹੜਾ ਅੱਖਰ ਆ। ਅੱਖਰ ਦੇ ਨਾਲ ਅੱਗੇ ਕਿਹੜਾ ਅੱਖਰ ਜੁੜਨਾ ਉਹ ਰੂਪ 'ਤੇ ਨਿਰਭਰ ਕਰਦਾ। ਜੇ ਸਧਾਰਨ ਆ ਕੰਨਾ ਤਾਂ ਉੱਪਰ ਲੱਗਦਾ ਤਾਂ ਉਹ ਕਿਹੜਾ ਰੂਪ ਆ, ਜੇ ਨਾਲ ਵਾਓ ਲੱਗਦਾ ਹੇਠਾਂ ਨੂੰ ਲੌਂਕ ਦੇ ਅੱਖਰ ਨਾਲ ਆ ਜਾਂ ਰੇ ਲੱਗਦਾ, ਇਸ ਤਰ੍ਹਾਂ ਕਰਕੇ ਅੱਗੇ ਆਉਣਗੇ। ਸੋ ਘਬਰਾਉਣ ਦੀ ਲੋੜ ਨਹੀਂ, ਹੌਲੀ ਹੌਲੀ ਸ਼ਾਂਤ ਸਹਿਜ ਦੇ ਨਾਲ ਇਹਨਾਂ ਨੂੰ ਦੇਖਦੇ ਜਾਓ। ਜਦੋਂ ਇਹ ਪੂਰੇ ਹੋ ਗਏ ਉਸ ਤੋਂ ਬਾਅਦ ਅੱਖਰ ਜੋੜਨੇ ਸਿਖਾਵਾਂਗੇ ਨਾ, ਜਦੋਂ ਆਪਾਂ ਸਾਰੇ ਸਿੱਖਾਂਗੇ ਕਿ ਅੱਖਰ ਕਿਵੇਂ ਜੋੜੇ ਜਾਂਦੇ ਆ, ਤਾਂ ਤੁਹਾਨੂੰ ਬੜੀ ਜਲਦੀ ਬੜੀ ਸੋਹਣੇ ਤਰੀਕੇ ਨਾਲ ਸਮਝ ਆ ਜਾਏਗੀ ਕਿ ਇਹ ਰੂਪ ਕਿਹੜਾ ਕਿੱਥੇ ਵਰਤਣਾ, ਬਿਨਾਂ ਸੋਚੇ ਸਮਝ ਆ ਜਾਏਗਾ ਆਰਾਮ ਨਾਲ। ਇਸ ਲਈ ਸਬਰ ਸੁਣ ਦੇ ਨਾਲ ਇਸ ਨੂੰ ਸਿੱਖਦੇ ਜਾਓ ਜੀ। ਧੰਨਵਾਦ।